ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਅਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 22 ਜੂਨ 2024। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 22 ਜੂਨ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ, ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਸ਼ੇਅਰ ਕਰ ਦੇਣਾ। ਹਾਲ ਹੀ ਵਿੱਚ T20 ਇੰਟਰਨੈਸ਼ਨਲ ਵਿੱਚ 100 ਵਿਕਟਾਂ ਲੈਣ ਵਾਲਾ ਦੂਜਾ ਸਭ ਤੋਂ ਤੇਜ਼ ਗੇਂਦਬਾਜ਼ ਕੌਣ ਬਣਿਆ ਹੈ? ਹਾਂਜੀ, T20 ਇੰਟਰਨੈਸ਼ਨਲ ਵਿੱਚ ਸਭ ਤੋਂ ਜ਼ਿਆਦਾ 100 ਵਿਕਟਾਂ ਲੈਣ ਵਾਲਾ ਦੂਜਾ ਸਭ ਤੋਂ ਤੇਜ਼ ਗੇਂਦਬਾਜ਼ ਖਿਡਾਰੀ ਬਣਿਆ ਸੰਦੀਪ ਲਾਮਸ਼ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਨੇਪਾਲ ਦੇ ਤੇਜ਼ ਗੇਂਦਬਾਜ਼ ਸੰਦੀਪ ਲਾਮਿਸ਼ਨੇ, ਇਹਨਾਂ ਨੇ T20 ਇੰਟਰਨੈਸ਼ਨਲ ਵਿੱਚ 100 ਵਿਕਟਾਂ ਲੈਣ ਵਾਲੇ ਇਹ ਦੂਜੇ ਖਿਡਾਰੀ ਬਣੇ ਆ ਅਤੇ ਇਹਨਾਂ ਨੇ ਹੁਣ ਤੱਕ 54 ਮੈਚ ਖੇਡੇ ਆ ਅਤੇ ਅੰਤਰਰਾਸ਼ਟਰੀ ਮੈਚਾਂ ਵਿੱਚ 54 ਅੰਤਰਰਾਸ਼ਟਰੀ ਮੈਚਾਂ ਵਿੱਚ ਇਹ T20 ਮੈਚ ਦੇ ਵਿੱਚ 100 ਵਿਕਟਾਂ ਲੈ ਚੁੱਕੇ ਆ। ਅਤੇ ਪਹਿਲੇ ਕੌਣ ਆ? ਪਹਿਲੇ ਬਣੇ ਆ ਜੀ, ਪਹਿਲੇ ਹੈਗੇ ਆ ਖਿਡਾਰੀ ਜਿਨ੍ਹਾਂ ਦਾ ਨਾਮ ਆ, ਜਿਹੜੇ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ, ਕਿਉਂਕਿ ਬਹੁਤ ਜ਼ਿਆਦਾ ਪੇਪਰਾਂ ਦੇ ਵਿੱਚ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ। ਹਾਂਜੀ, ਅਫਗਾਨਿਸਤਾਨ ਦੇ ਖਿਡਾਰੀ ਆ ਰਾਸ਼ਿਦ ਖਾਨ ਅਤੇ ਇਹਨਾਂ ਨੇ 53 ਮੈਚਾਂ ਦੇ ਵਿੱਚ 100 ਵਿਕਟਾਂ ਲੈ ਕੇ ਇਹ ਰਿਕਾਰਡ ਬਣਾਇਆ ਸੀ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਪਹਿਲੇ ਤਾਂ ਹੈਗੇ ਆ ਰਾਸ਼ਿਦ ਖਾਨ ਅਤੇ ਦੂਜੇ ਖਿਡਾਰੀ ਬਣ ਗਏ ਆ ਹੁਣ ਨੇਪਾਲ ਦੇ ਸੰਦੀਪ ਲਾਮਸ਼ਨੇ। ਨੈਕਸਟ ਹੈ, ਹਾਲ ਹੀ ਵਿੱਚ 112ਵੀਂ ਅੰਤਰਰਾਸ਼ਟਰੀ ਲੇਬਰ ਕਾਨਫਰੰਸ ਕਿੱਥੇ ਹੋਵੇਗੀ? ਹਾਂਜੀ, ਅੰਤਰਰਾਸ਼ਟਰੀ ਲੇਬਰ ਕਾਨਫਰੰਸ 112ਵੇਂ ਨੰਬਰ ਦੀ ਹੈ ਅਤੇ ਜਨੇਵਾ ਦੇ ਵਿੱਚ ਹੋਵੇਗੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਇਸ ਅੰਤਰਰਾਸ਼ਟਰੀ ਲੇਬਰ ਕਾਨਫਰੰਸ ਨੂੰ ਆਯੋਜਿਤ ਕਰਦਾ ਵਰਲਡ ਲੇਬਰ ਆਰਗੇਨਾਈਜੇਸ਼ਨ। ਠੀਕ ਹੈ, ਨੈਕਸਟ ਹੈ, ਹਾਲ ਹੀ ਵਿੱਚ ਕਿਸ ਰਾਜ ਦੀ ਹਾਈ ਕੋਰਟ ਨੇ 65% ਰਾਖਵੀਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ? ਹਾਂਜੀ, 65% ਦੇ ਰਾਖਵੀਕਰਨ ਦੇ ਫੈਸਲੇ ਨੂੰ ਰੱਦ ਕੀਤਾ ਵਾ ਬਿਹਾਰ ਦੀ ਗੌਰਮੈਂਟ ਨੇ। ਬਿਹਾਰ ਦੇ ਵਿੱਚ ਆ ਪਟਨਾ, ਪਟਨਾ ਦੇ ਵਿੱਚ ਆ ਬਿਹਾਰ ਦੀ ਹਾਈ ਕੋਰਟ। ਠੀਕ ਹੈ, ਪਟਨਾ ਹਾਈ ਕੋਰਟ ਜਿਹਦਾ ਨਾਮ ਆ। ਅਤੇ ਪਟਨਾ ਹਾਈ ਕੋਰਟ ਨੇ, ਦੇਖੋ ਪਹਿਲਾਂ 2021 ਦੇ ਵਿੱਚ ਨਾ ਜਨਗਣਨਾ ਕਰਵਾਈ ਸੀ ਬਿਹਾਰ ਨੇ। ਜਦੋਂ ਜਨਗਣਨਾ ਕਰਵਾਈ ਸੀ ਉਸ ਰੇਸ਼ੋ ਦੇ ਆਧਾਰ 'ਤੇ, ਜਿਹੜੀ ਜਨਗਣਨਾ ਸੀ ਉਹਦੀ ਰੇਸ਼ੋ ਦੇ ਆਧਾਰ 'ਤੇ ਰਾਖਵਾਕਰਨ 65% ਕਰ ਦਿੱਤਾ ਸੀ, ਪਰ ਹੁਣ ਪਟਨਾ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ। ਠੀਕ ਹੈ, ਅਤੇ ਹੁਣ ਬਿਹਾਰ ਦੀ ਗੱਲ ਆ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬਿਹਾਰ, ਬਿਹਾਰ ਦੀ ਕੈਪੀਟਲ ਕੀ ਆ? ਕੱਲ੍ਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਬਿਹਾਰ ਦੀ ਕੈਪੀਟਲ ਬਾਰੇ, ਜਿਹੜੇ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ। ਹਾਂਜੀ, ਬਿਹਾਰ ਦੀ ਕੈਪੀਟਲ ਆ ਪਟਨਾ। ਇੱਥੋਂ ਦੇ ਚੀਫ ਮਿਨਿਸਟਰ ਆ, ਚੀਫ ਮਿਨਿਸਟਰ ਆ ਨਿਤੀਸ਼ ਕੁਮਾਰ, ਗਵਰਨਰ ਆ ਰਜਿੰਦਰ ਵਿਸ਼ਵਨਾਥ ਹਰਲੇਕਾਰ। ਬਿਹਾਰ ਦੇ ਵਿੱਚ ਵਾਲਮੀਕੀ ਨੈਸ਼ਨਲ ਪਾਰਕ ਆ। ਬਿਹਾਰ ਦਾ ਸਥਾਪਨਾ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ। 22 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਅਲੱਗ ਕਰਕੇ ਇੱਕ ਨਵਾਂ ਰਾਜ ਬਣਾਇਆ ਸੀ ਬਿਹਾਰ। ਨੈਕਸਟ ਹੈ, ਹਾਲ ਹੀ ਵਿੱਚ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਕਿਹੜੀ ਬਣ ਗਈ ਹੈ? ਹਾਂਜੀ, ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਹੁਣ ਤੱਕ ਸੀ ਮਾਈਕਰੋਸੋਫਟ, ਪਰ ਹੁਣ ਮਾਈਕਰੋਸੋਫਟ ਨੂੰ ਪਿੱਛੇ ਛੱਡ ਕੇ NVIDIA ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣੀ ਆ। ਸੈਕਿੰਡ 'ਤੇ ਆ ਹੁਣ ਮਾਈਕਰੋਸੋਫਟ। ਨੈਕਸਟ ਹੈ,
ਡੇਵਿਡ ਜੌਨਸਨ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ, ਉਹ ਕੌਣ ਸੀ? ਡੇਵਿਡ ਜੌਨਸਨ ਇੰਡੀਅਨ ਕ੍ਰਿਕਟਰ ਸੀਗੇ ਅਤੇ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਕਿਸ ਨੂੰ ਨਿਯੁਕਤ ਕੀਤਾ? ਹਾਂਜੀ, ਗ੍ਰਹਿ ਮੰਤਰਾਲੇ ਦੁਆਰਾ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਬਣਾਏ ਗਏ ਆ ਅਸ਼ਵਨੀ ਕੁਮਾਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਅਸ਼ਵਨੀ ਕੁਮਾਰ। ਠੀਕ ਹੈ, ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਅਸ਼ਨਵੀ ਕੁਮਾਰ। ਨੈਕਸਟ ਹੈ, ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਹੈ ਤਾਂ ਧੰਨ ਲਕਸ਼ਮੀ ਬੈਂਕ ਨੇ ਅਜੀਤ ਕੁਮਾਰ ਕੇਕੇ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ। ਅਨੁਰਾਗ ਬੱਤਰਾ ਨੂੰ ਇੰਟਰਨੈਸ਼ਨਲ ਟੈਲੀਵਿਜ਼ਨ ਅਕੈਡਮੀ ਦਾ ਮੈਂਬਰ ਚੁਣਿਆ ਗਿਆ। ਜੈ ਸ਼ਿਆਮ ਰਾਓ ਨੂੰ ਤਿਰੁਮਾਲਾ ਤਿਰੁਪਤੀ ਦੇਵਸਥਾਨ ਦਾ ਨਵਾਂ ਕਾਰਜਕਾਰੀ ਅਧਿਕਾਰੀ ਚੁਣਿਆ ਗਿਆ। ਉਪਿੰਦਰ ਦਿਵੇਦੀ ਨੂੰ ਨਵਾਂ ਸੈਨਾ ਮੁਖੀ ਚੁਣਿਆ ਗਿਆ। ਇੰਦਰਪਾਲ ਸਿੰਘ ਬਿਦਰਾ ਨੂੰ CCI ਦਾ ਸਕੱਤਰ ਨਿਯੁਕਤ ਕੀਤਾ ਗਿਆ। ਰਾਜਪ੍ਰੀਆ ਸਿੰਘ ਨੂੰ ਪੇਂਡੂ ਵਿਭਾਗ ਵਿਕਾਸ ਵਿਭਾਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਰਾਕੇਸ਼ ਰੰਜਨ ਨੂੰ ਸਟਾਫ ਸਿਲੈਕਸ਼ਨ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਜਾਰੀ ਕੀਤੇ ਗਲੋਬਲ ਐਨਰਜੀ ਟਰਾਂਜੈਸ਼ਨ ਇੰਡੈਕਸ ਵਿੱਚ ਕੌਣ ਸਿਖਰ 'ਤੇ ਰਿਹਾ? ਗਲੋਬਲ ਐਨਰਜੀ ਟਰਾਂਜੈਸ਼ਨ ਇੰਡੈਕਸ ਦੇ ਵਿੱਚ ਸਿਖਰ 'ਤੇ ਰਿਹਾ ਸਵੀਡਨ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੈਕਿੰਡ 'ਤੇ ਹੈ ਡੈਨਮਾਰਕ, ਥਰਡ 'ਤੇ ਆ ਫਿਨਲੈਂਡ, ਅਤੇ ਸਾਡਾ ਦੇਸ਼ ਭਾਰਤ ਇਸ ਦੇ 63ਵੇਂ ਨੰਬਰ 'ਤੇ ਆ। ਅਤੇ ਟੋਟਲ 120 ਦੇਸ਼ਾਂ ਦਾ ਇਹ ਇੰਡੈਕਸ ਸੀਗਾ, ਗਲੋਬਲ ਐਨਰਜੀ ਟਰਾਂਜੈਸ਼ਨ ਇੰਡੈਕਸ, ਜਿਹਦੇ ਵਿੱਚ ਭਾਰਤ 63ਵੇਂ ਨੰਬਰ 'ਤੇ ਆ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹਾਲ ਹੀ ਵਿੱਚ ਕੈਬਨਿਟ ਨੇ ਕਿਸ ਹਵਾਈ ਅੱਡੇ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ? ਹਾਂਜੀ, ਰੀਸੈਂਟਲੀ ਕੈਬਨਿਟ ਨੇ ਵਾਰਾਣਸੀ ਦੇ ਹਵਾਈ ਅੱਡੇ ਨੂੰ, ਵਾਰਾਣਸੀ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਹਵਾਈ ਅੱਡਾ, ਇਸ ਨੂੰ ਮਨਜ਼ੂਰੀ ਦਿੱਤੀ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਭਾਰਤੀ ਟੈਨਿਸ ਟੀਮ ਨੇ ਹਾਲ ਹੀ ਵਿੱਚ ਬ੍ਰਿਕਸ ਖੇਡਾਂ ਵਿੱਚ ਕਿਹੜਾ ਮੈਡਲ ਜਿੱਤਿਆ? ਬ੍ਰਿਕਸ ਖੇਡਾਂ ਦੇ ਵਿੱਚ ਮੈਡਲ ਜਿੱਤਿਆ ਵਾ ਭਾਰਤੀ ਟੈਨਿਸ ਟੀਮ ਨੇ ਕਾਂਸੀ ਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਫਸਟ 'ਤੇ ਇਸ ਦੇ ਵਿੱਚ ਰਸ਼ੀਆ ਦੀ ਟੀਮ। ਠੀਕ ਹੈ, ਨੈਕਸਟ ਹੈ, ਹਾਲ ਹੀ ਵਿੱਚ ਵਿਸ਼ਵ ਸਰਨਾਰਥੀ ਦਿਵਸ ਕਦੋਂ ਮਨਾਇਆ ਗਿਆ? ਵਿਸ਼ਵ ਸਰਨਾਰਥੀ ਦਿਵਸ 20 ਜੂਨ ਨੂੰ ਮਨਾਇਆ ਜਾਂਦਾ। ਹਰ ਸਾਲ ਉਹਨਾਂ ਲੋਕਾਂ ਨੂੰ ਯਾਦ ਕਰਨ ਦੇ ਲਈ ਮਨਾਇਆ ਜਾਂਦਾ ਜਿਹੜੇ ਯੁੱਧ ਜਾਂ ਫਿਰ ਕੁਦਰਤੀ ਆਫਤ ਕਾਰਨ ਆਪਣੇ ਘਰ ਨੂੰ ਛੱਡਣ ਲਈ ਮਜਬੂਰ ਹੋਏ। ਵਿਸ਼ਵ ਸਰਨਾਰਥੀ ਦਿਵਸ ਉਹਨਾਂ ਨੂੰ ਯਾਦ ਕਰਨ ਦੇ ਲਈ ਹਰੇਕ ਸਾਲ 20 ਜੂਨ ਨੂੰ ਮਨਾਇਆ ਜਾਂਦਾ। ਹੁਣ ਜੂਨ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮਨਾਇਆ ਗਿਆ, 2 ਜੂਨ ਨੂੰ ਵਿਸ਼ਵ ਤੇਲੰਗਾਨਾ ਸਥਾਪਨਾ ਦਿਵਸ ਮਨਾਇਆ ਗਿਆ। ਵਿਸ਼ਵ ਨਹੀਂ, ਸਿਰਫ ਤੇਲੰਗਾਨਾ ਦਿਵਸ ਮਨਾਇਆ ਗਿਆ। ਦੇਖੋ, ਜਦੋਂ ਕੋਈ ਰਾਸ਼ਟਰੀ ਦਿਵਸ ਮਨਾਇਆ ਜਾਂਦਾ ਮਤਲਬ ਉਹ ਇੱਕੋ ਹੀ ਦੇਸ਼ ਦੇ ਵਿੱਚ ਮਨਾਇਆ ਜਾਂਦਾ। ਜਦੋਂ ਅੰਤਰਰਾਸ਼ਟਰੀ ਦਿਵਸ ਦੀ ਗੱਲ ਹੁੰਦੀ ਆ ਮਤਲਬ ਉਹ 2 ਜਾਂ 2 ਤੋਂ ਵੱਧ ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ, ਅਤੇ ਜਦੋਂ ਵਿਸ਼ਵ ਦੀ ਗੱਲ ਹੋ ਜਾਂਦੀ ਹੈ ਮਤਲਬ ਉਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ। ਠੀਕ ਹੈ, ਤਾਂ 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮਨਾਇਆ ਗਿਆ, ਇੰਪੋਰਟੈਂਟ ਆ ਤੁਹਾਡੇ ਲਈ। 2 ਜੂਨ ਨੂੰ ਤੇਲੰਗਾਨਾ ਸਥਾਪਨਾ ਦਿਵਸ ਮਨਾਇਆ ਗਿਆ, 3 ਨੂੰ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ, 4 ਜੂਨ ਨੂੰ ਹਮਲੇ ਦੇ ਸ਼ਿਕਾਰ ਮਾਸੂਮ ਬੱਚਿਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ, 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ, ਇਹ ਵੀ ਇੰਪੋਰਟੈਂਟ ਆ ਤੁਹਾਡੇ ਲਈ, 6 ਜੂਨ ਨੂੰ ਸੰਯੁਕਤ ਰਾਸ਼ਟਰ ਰੂਸੀ ਭਾਸ਼ਾ ਦਿਵਸ ਮਨਾਇਆ ਗਿਆ, 7 ਜੂਨ ਨੂੰ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ, 8 ਜੂਨ ਨੂੰ ਵਿਸ਼ਵ ਸਮੁੰਦਰ ਦਿਵਸ ਮਨਾਇਆ ਗਿਆ, 9 ਜੂਨ ਨੂੰ ਵਿਸ਼ਵ ਮਾਨਤਾ ਦਿਵਸ ਮਨਾਇਆ ਗਿਆ, ਅਤੇ ਅੰਤਰਰਾਸ਼ਟਰੀ ਪੁਰਾਲੇਖ ਦਿਵਸ ਮਨਾਇਆ ਗਿਆ, 11 ਜੂਨ ਨੂੰ ਅੰਤਰਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ, ਇਹ ਇੰਪੋਰਟੈਂਟ ਆ ਤੁਹਾਡੇ ਲਈ, 11 ਜੂਨ, 12 ਜੂਨ ਨੂੰ ਬਾਲ ਮਜ਼ਦੂਰ ਦਿਵਸ ਮਨਾਇਆ ਗਿਆ, 13 ਜੂਨ ਨੂੰ ਅੰਤਰਰਾਸ਼ਟਰੀ ਅਲਬਨਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ,
14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਗਿਆ। 15 ਜੂਨ ਨੂੰ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਗਿਆ। ਗਲੋਬਲ ਵਿੰਡੇ ਦਿਵਸ ਮਨਾਇਆ ਗਿਆ। 16 ਜੂਨ ਨੂੰ ਅੰਤਰਰਾਸ਼ਟਰੀ ਪਰਿਵਾਰਕ ਕ੍ਰਿਮੀਟੈਂਸ ਦਿਵਸ ਮਨਾਇਆ ਗਿਆ। 17 ਜੂਨ ਨੂੰ ਮਾਰੂਥਲੀਕਰਨ ਅਤੇ ਸੋਕੇ ਦਾ ਮੁਕਾਬਲਾ ਕਰਨ ਲਈ ਵਿਸ਼ਵ ਦਿਵਸ ਮਨਾਇਆ ਗਿਆ। 18 ਜੂਨ ਨੂੰ ਸਸਟੇਨੇਬਲ ਗੈਸਟਰੋਨੋਮੀ ਡੇ ਮਨਾਇਆ ਗਿਆ ਅਤੇ 19 ਜੂਨ ਨੂੰ ਟਕਰਾਅ ਅਤੇ ਹਿੰਸਾ ਦੇ ਖਾਤਮੇ ਦੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਸੁਰਮਾ ਪਾਧੀ ਕਿਸ ਰਾਜ ਦੀ ਵਿਧਾਨ ਸਭਾ ਦੀ ਦੂਜੀ ਮਹਿਲਾ ਸਪੀਕਰ ਬਣੀ? ਹਾਂਜੀ, ਵਿਧਾਨ ਸਭਾ ਦੀ ਦੂਜੀ ਮਹਿਲਾ ਸਪੀਕਰ ਬਣੀ ਆ ਉੜੀਸਾ ਦੀ ਸੁਰਮਾ ਪਾਧੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਹੁਣ ਸੁਰਮਾ ਪਾਧੀ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ, ਇਹ ਤਾਂ ਦੂਸਰੇ ਨੰਬਰ ਦੀ ਆ। ਅਤੇ ਉੜੀਸਾ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਸੀ? ਪਰਿਮਿਲਾ ਮਲਿਕ। ਹੁਣ ਉੜੀਸਾ ਦੀ ਗੱਲ ਆ ਤਾਂ ਉੜੀਸਾ ਦੀ ਕੈਪੀਟਲ ਕੀ ਆ? ਭੁਵਨੇਸ਼ਵਰ। ਚੀਫ ਮਿਨਿਸਟਰ ਆ ਨਵੀਨ ਪਟਨਾਇਕ, ਗਵਰਨਰ ਆ ਰਘੂਵਰ ਦਾਸ। ਉੜੀਸਾ ਦਿਵਸ 1 ਅਪ੍ਰੈਲ ਨੂੰ ਮਨਾਇਆ ਜਾਂਦਾ। ਉੜੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਆ, ਸਿੰਪਲੀਪਾਲ ਨੈਸ਼ਨਲ ਪਾਰਕ ਆ, ਭਿਤਰਕਨਿਕਾ ਨੈਸ਼ਨਲ ਪਾਰਕ ਆ, ਚਿਲਕਾ ਸੈਂਚੁਰੀ ਆ। ਉੜੀਸਾ ਵਿੱਚ ਚਿਲਕਾ ਝੀਲ ਆ, ਇਹ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ। ਉੜੀਸਾ ਵਿੱਚ ਰੂਸੀ ਕੁਲੀਆ ਬੀਚ ਆ, ਗੋਲਡਨ ਬੀਚ ਆ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੰਬਲਪੁਰ ਵਿੱਚ ਉੜੀਸਾ ਵਿੱਚ ਭਾਰਤ ਦੇ ਪਹਿਲੇ ਹੁਨਰ ਭਾਰਤ ਕੇਂਦਰ ਦਾ ਉਦਘਾਟਨ ਕੀਤਾ। ਉੜੀਸਾ ਸਰਕਾਰ ਨੇ ਖੁਦ ਸਕੀਮ ਸ਼ੁਰੂ ਕੀਤੀ। ਉੜੀਸਾ ਵਿੱਚ ਗੁਪਤੇਸ਼ਵਰ ਜੰਗਲ ਨੂੰ ਜੈਵ ਵਿਭਿੰਨਤਾ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਗਿਆ। ਭੁਵਨੇਸ਼ਵਰ ਵਿੱਚ 12 ਮੁੰਡਾ ISBT ਦਾ ਨਾਮ ਬਦਲ ਕੇ BR ਅੰਬੇਡਕਰ ਦੇ ਨਾਮ 'ਤੇ ਰੱਖਿਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਕੈਬਨਿਟ ਨੇ ਕਿਸ ਰਾਜ ਦੇ ਬਦਾਵਨ ਵਿੱਚ ਇੱਕ ਪ੍ਰਮੁੱਖ ਬੰਦਰਗਾਹ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ? ਹਾਂਜੀ, ਕੈਬਨਿਟ ਨੇ ਰੀਸੈਂਟਲੀ ਮਹਾਰਾਸ਼ਟਰ ਦੇ ਬਦਾਵਨ ਦੇ ਵਿੱਚ ਇੱਕ ਪ੍ਰਮੁੱਖ ਬੰਦਰਗਾਹ ਨੂੰ ਮਨਜ਼ੂਰੀ ਦਿੱਤੀ ਆ। ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਇਹ ਬੰਦਰਗਾਹ, ਇਸ ਨੂੰ ਇੰਪੋਰਟੈਂਟ ਪੁਆਇੰਟ ਤੋਂ ਸਮਝ ਸਕਦੇ ਹੋ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨੇ ਮਹਾਰਾਸ਼ਟਰ ਵਿੱਚ 56,76,220 ਕਰੋੜ ਰੁਪਏ ਦੇ ਬਦਾਵਨ ਬੰਦਰਗਾਹ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਪ੍ਰੋਜੈਕਟਾਂ ਵਿੱਚੋਂ ਇੱਕ ਅਤੇ ਆਉਣ ਵਾਲੇ ਭਾਰਤ ਮੱਧ ਪੂਰਬ ਯੂਰਪ ਕੋਰੀਡੋਰ ਅਤੇ ਅੰਤਰਰਾਸ਼ਟਰੀ ਉੱਤਰ ਦੱਖਣੀ ਟਰਾਂਸਪੋਰਟ ਕੋਰੀਡੋਰ ਲਈ ਇੱਕ ਗੇਟਵੇ ਪੋਰਟ ਵਜੋਂ ਕੰਮ ਕਰੇਗੀ। ਅਤੇ ਵਿਧਾਵਨ ਬੰਦਰਗਾਹ ਨੂੰ ਗ੍ਰੀਨਫੀਲਡ ਪੋਰਟ ਦੇ ਨਾਮ ਨਾਲ ਜਾਣਿਆ ਜਾਂਦਾ। ਠੀਕ ਹੈ, ਗ੍ਰੀਨਫੀਲਡ ਪੋਰਟ ਹੋਵੇਗੀ ਇਹ। ਹਾਂਜੀ, ਨੈਕਸਟ ਹੈ, ਕਿਸ ਦੇਸ਼ ਨੇ ਹਾਲ ਹੀ ਵਿੱਚ ਈਰਾਨ ਰੈਵੋਲਿਊਸ਼ਨਰੀ ਗਾਰਡਜ਼ ਨੂੰ ਅੱਤਵਾਦੀ ਸਮੂਹ ਵਜੋਂ ਸੂਚੀਬੱਧ ਕੀਤਾ? ਹਾਂਜੀ, ਈਰਾਨ ਰੈਵੋਲਿਊਸ਼ਨਰੀ ਗਾਰਡਜ਼ ਨੂੰ ਅੱਤਵਾਦੀ ਸਮੂਹ ਵਜੋਂ ਸੂਚੀਬੱਧ ਕੀਤਾ ਕੈਨੇਡਾ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਕੈਨੇਡਾ। ਹੁਣ ਇੰਪੋਰਟੈਂਟ ਕਰੰਟ ਅਫੇਅਰ ਰਿਵੀਜ਼ਨ ਕਰ ਲੈਂਦੇ ਹਾਂ, ਜੋ ਕਿ ਅਸੀਂ ਪਿਛਲੇ ਇੱਕ ਵੀਕ 'ਚ ਕੀਤੀ ਆ। ਮੁੰਬਈ ਪ੍ਰਵਾਸੀਆਂ ਲਈ ਭਾਰਤ ਦਾ ਸਭ ਤੋਂ ਮਹਿੰਗਾ ਸ਼ਹਿਰ ਬਣਿਆ। ਭਾਰਤ ਬਹੁਰਾਸ਼ਟਰੀ ਹਵਾਈ ਅਭਿਆਸ ਤਰੰਗ ਸ਼ਕਤੀ ਦੀ ਮੇਜ਼ਬਾਨੀ ਕਰੇਗਾ। ਗ੍ਰੀਨ, ਪਨਾਮਾ, ਡੈਨਮਾਰਕ, ਸੋਮਾਲੀਆ ਅਤੇ ਪਾਕਿਸਤਾਨ ਨੂੰ UNSC ਦਾ ਸਥਾਈ ਮੈਂਬਰ ਚੁਣਿਆ ਗਿਆ। ਨਿਊਜ਼ੀਲੈਂਡ ਦੇ ਕ੍ਰਿਕਟਰ ਲਾਕੀ ਫਰਗੂਸਨ ਨੇ T20 ਵਿਸ਼ਵ ਕੱਪ ਵਿੱਚ 4 ਮੈਡਨ ਓਵਰਾਂ ਦਾ ਰਿਕਾਰਡ ਬਣਾਇਆ। ਚੀਨੀ ਵਿਗਿਆਨੀਆਂ ਨੇ ਸੂਰਜੀ ਰੋਟੇਸ਼ਨ ਦੇ ਨਵੇਂ ਪੈਟਰਨ ਦੀ ਖੋਜ ਕੀਤੀ। ਅਸਮ ਸਰਕਾਰ ਨੇ ਬਾਲ ਵਿਆਹ ਨੂੰ ਰੋਕਣ ਲਈ ਮਹੀਨਾਵਾਰ ਵਜ਼ੀਫੇ ਦਾ ਐਲਾਨ ਕੀਤਾ। ਕਲਕੱਤਾ ਹਾਈਕੋਰਟ ਨੇ ਟਰਾਂਸਜੈਂਡਰਾਂ ਲਈ 1% ਨੌਕਰੀ ਰਾਖਵਾ ਕਰਨ ਦਾ ਹੁਕਮ ਦਿੱਤਾ। ਅਨਾਮਿਕਾ ਰਾਜੀਵ ਭਾਰਤੀ ਜਲ ਸੈਨਾ ਲਈ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣੀ, ਵੈਰੀ ਇੰਪੋਰਟੈਂਟ। ਜਨਰਲ ਵਾਕਰ ਉਜ ਜਮਾਨ ਨੂੰ ਬੰਗਲਾਦੇਸ਼ ਦਾ ਨਵਾਂ ਸੈਨਾ ਮੁਖੀ ਚੁਣਿਆ ਗਿਆ। ਭਾਰਤ ਅਤੇ ਜਪਾਨ ਦਰਮਿਆਨ ਸਮੁੰਦਰੀ ਅਭਿਆਸ GMEX ਦਾ 8ਵਾਂ ਪੜਾਅ ਸ਼ੁਰੂ ਹੋਇਆ। ਆਈਸਲੈਂਡ ਗਲੋਬਲ ਜੈਂਡਰ ਗੈਪ ਇੰਡੈਕਸ ਵਿੱਚ ਟੌਪ 'ਤੇ ਰਿਹਾ, ਜਦੋਂ ਕਿ ਭਾਰਤ 129ਵੇਂ ਨੰਬਰ 'ਤੇ ਰਿਹਾ।
ਰੂਸ ਦੇ ਰਾਸ਼ਟਰਪਤੀ 24 ਸਾਲਾਂ ਬਾਅਦ ਉੱਤਰੀ ਕੋਰੀਆ ਪਹੁੰਚੇ ਆ। ਫੋਨਪੇ ਨੇ ਸ਼੍ਰੀਲੰਕਾ ਵਿੱਚ ਪਿੱਕ ਮੀ ਨਾਲ ਸਾਂਝੇਦਾਰੀ ਕੀਤੀ। ਮਹਾਰਾਸ਼ਟਰ ਦੇ ਕਿਸਾਨ ਸਿਦੇਸ ਸਾਕੋਰੇ ਨੂੰ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਭੂਮੀ ਨਾਇਕ ਦਾ ਨਾਮ ਦਿੱਤਾ। ਬ੍ਰਿਟੇਨ ਅਤੇ ਅਮੈਰੀਕਾ ਨੇ ਮਾਸਕੋ ਸਟਾਕ ਐਕਸਚੇਂਜ 'ਤੇ ਤਾਲਮੇਲ ਵਾਲੀਆਂ ਪਾਬੰਦੀਆਂ ਲਗਾਈਆਂ। ਵਿਨੋਦ ਗਨਾਤਰਾ ਨੂੰ ਨੈਲਸਨ ਮੰਡੇਲਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। ਪੂਜਾ ਤੋਮਰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ। ਹਰਿਆਣਾ ਸਰਕਾਰ ਦੁਆਰਾ ਇੱਕ ਵਿਸ਼ੇਸ਼ ਪ੍ਰਵਾਸੀ ਭਾਰਤੀ ਫੰਡ ਸਥਾਪਿਤ ਕੀਤਾ ਜਾਵੇਗਾ। ਗੁਜਰਾਤ ਵਿੱਚ ਸਥਿਤ ਸ੍ਰੀਮਤੀ ਵਨ ਮੈਮੋਰੀਅਲ ਮਿਊਜ਼ੀਅਮ ਨੂੰ ਯੂਨੈਸਕੋ ਦੇ ਪ੍ਰਿਕਸ ਅਵਾਰਡ ਲਈ ਚੁਣਿਆ ਗਿਆ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਅਤੇ ਅੱਜ ਦੀ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਥੈਂਕਸ ਫੋਰ ਵਾਚਿੰਗ।